ਨਾਲੇ ਵੈਸੇ ਵੀ ਟ੍ਰੈਕਟਰ ਸੌਖਾ ਲੱਗਦਾ ਚਲਾਉਣ ਜੇ। ਅੱਛਾ ਜੀ, ਤੁਹਾਡਾ ਹੁਣ ਦੋਨੋਂ ਲੱਤਾਂ ਤੋਂ ਹੀ ਹੋਇਆ ਵਾ? ਨਹੀਂ, ਇੱਕ ਤੋਂ ਆ। ਇੱਕ ਤੋਂ ਉਸ ਤੋਂ ਆ? ਹਾਂ। ਅੱਛਾ ਜੀ, ਇੱਕ ਤੋਂ ਹੀ ਆ, ਬਾਕੀ ਇਹ ਵੀ ਟ੍ਰੈਕਟਰ ਚਲਾਉਣ 'ਚ ਸਹੀ ਆ। ਠੀਕ ਹੈ। ਹਾਂ, ਕੋਈ ਇੰਨੀ ਪਰੇਸ਼ਾਨੀ ਨਹੀਂ ਆਉਂਦੀ? ਪਰੇਸ਼ਾਨੀ ਨਹੀਂ ਆਉਂਦੀ। ਠੀਕ ਹੈ। ਔਰ ਰੇਸ ਫਿਰ ਹੱਥ ਵਾਲੀ ਹੋ ਜਾਂਦੀ ਹੋਊਗੀ ਨਾ? ਹਾਂ, ਰੇਸ ਹੱਥ ਵਾਲੀ ਆ, ਆਰਾਮ ਨਾਲ ਵਧੀਆ ਹੋ। ਠੀਕ ਹੈ। ਅਤੇ ਬਾਈ, ਜੋ ਬ੍ਰੇਕ ਬਰੂਕ ਦੀ ਜ਼ਰੂਰਤ ਪੈਂਦੀ ਹੈ ਫਿਰ ਉਹਨਾਂ ਕੰਮ? ਮੈਂ ਥੋੜ੍ਹਾ ਕੰਮ ਕਰ ਲੈਂਦੀ ਆ, ਥੋੜ੍ਹਾ ਬਹੁਤਾ ਕਰ ਲੈਂਦੀ ਆ, ਬਾਈ ਆਪਣਾ ਮਤਲਬ ਸਰੀਰ ਦਾ ਭਾਰ ਨਹੀਂ ਮਤਲਬ ਸਹਿ ਜਾਂਦਾ। ਠੀਕ ਆ ਬਾਈ। ਹਾਂ, ਵੈਸੇ ਜੇ ਆਪਾਂ ਆਮ ਟ੍ਰੈਕਟਰਾਂ ਦੇ ਮੁਕਾਬਲੇ ਗੱਲ ਕਰਕੇ ਐਵਰੇਜ ਚੰਗੀ ਹੈ ਜਾਂ ਕਿਵੇਂ ਆ? ਮੈਂ ਵੀ ਸਾਡੇ ਨਾਲ ਖੁਦ ਟ੍ਰੈਕਟਰ ਚੱਲਣ ਡੇ ਆ, ਉਹ ਘੱਟੋ ਘੱਟ ਵੀ 4 ਲੀਟਰ ਖਾਣ ਡੇ ਇਸੇ ਇੰਨੇ ਬਾਈ ਜੀ। ਅੱਛਾ। ਅਤੇ ਇਹ ਤਾਂ ਮਤਲਬ 3 ਲੀਟਰ ਤੋਂ ਕਈ ਨਾ ਘੱਟ ਡਾਉਣ ਜਾਂਦਾ, 3 ਤੋਂ ਵੀ ਘੱਟਦਾ ਵਾ। ਆਹੋ। ਠੀਕ ਹੈ। ਅਤੇ ਕਈ ਨਾ, ਚਲੋ ਤੁਹਾਨੂੰ ਪਤਾ ਲੋਡ ਸਿਰ 'ਤੇ ਥੋੜ੍ਹਾ ਬਹੁਤਾ ਵਾਧਾ ਕਰਦਾ ਰਹਿੰਦਾ। ਹਾਂਜੀ ਹਾਂਜੀ। ਕੀ ਹਾਲ ਹੈ ਵੀ ਸੱਜਣੋ? ਇਸ ਵਕਤ ਆਪਾਂ ਖੜੇ ਹਾਂ ਪਿੰਡ ਗੱਗੋ ਮਾਲ ਅਜਨਾਲੇ ਦੇ ਨੇੜੇ, ਬਾਈ ਜਰਨੈਲ ਸਿੰਘ ਹੋਣਾ ਕੋਲ, ਅਤੇ ਸੋਲਿਸ ਟਰੈਕਟਰ ਦੀ ਵੀਡੀਓ ਲੈ ਕੇ ਆਏ ਹਾਂ, 50-15 ਸੋਲਿਸ ਟਰੈਕਟਰ। ਅਤੇ ਬਾਈ ਜੀ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ, ਅਤੇ ਬਾਕੀ ਇੱਕ ਤੁਹਾਨੂੰ ਮੈਂ ਇੱਥੇ ਗੱਲ ਹੋਰ ਵੀ ਦੱਸ ਦੇਵਾਂ, ਬਾਈ ਜੀ ਹੈਂਡੀਕੈਪ ਹੈਗੇ ਲੱਤਾਂ ਤੋਂ, ਪਰ ਫਿਰ ਵੀ ਆਪਦਾ ਰੁਜ਼ਗਾਰ ਚਲਾ ਰਹੇ ਆ, ਕੰਮ ਚਲਾ ਰਹੇ ਆ। ਅਤੇ ਟਰੈਕਟਰ ਬਾਰੇ ਵੀ ਗੱਲਬਾਤ ਕਰਾਂਗੇ, ਬਾਈ ਦੇ ਬਾਰੇ ਵੀ ਗੱਲਬਾਤ ਕਰਾਂਗੇ ਵੀ ਕਦੋਂ ਤੋਂ ਸ਼ੁਰੂ ਕੀਤਾ ਹੋਇਆ ਕੰਮ। ਬਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬਾਈ ਜੀ, ਕਿੰਨਾ ਟਾਈਮ ਹੋ ਗਿਆ ਮਿੱਟੀ ਦਾ ਕੰਮ ਕਰਦੇ ਨੂੰ? ਫਿਰ ਇਹਨੂੰ 2003 ਤੋਂ ਡਏ ਹਾਂ। 2003 ਤੋਂ? ਹਾਂ। ਅਤੇ ਬਾਈ, ਸਭ ਤੋਂ ਪਹਿਲਾਂ ਜੇ ਗੱਲ ਕਰਕੇ, ਜਿਵੇਂ ਹੁਣ ਜਿਹੜੇ ਪੂਰੇ ਵਧੀਆ ਤੰਦਰੁਸਤ ਬੰਦੇ ਆ, ਉਹਨਾਂ ਦੇ ਘਰੇ ਟਰੈਕਟਰ ਖੜ੍ਹੇ, ਉਹ ਕਹਿੰਦੇ ਨਹੀਂ ਕੰਮ ਹੀ ਹੈ ਨਹੀਂ ਗਾ, ਤੁਸੀਂ ਐਂ ਵੀ ਕੰਮ ਕਰ ਰਹੇ ਹੋ, ਵਧੀਆ ਵਾ ਕੰਮ? ਕੰਮ ਤਾਂ ਚਲੋ ਵੀ ਕਰਨਾ ਤਾਂ ਪੈਣਾ ਹੀ ਹੈ, ਵਿਹਲੇ ਬਹਿ ਕੇ ਟਾਈਮ ਪਾਸ ਹੁੰਦਾ ਨਹੀਂ ਆ। ਹਾਂਜੀ। ਅਤੇ ਤੁਹਾਨੂੰ ਪਤਾ ਕੰਮ ਤਾਂ ਫਿਰ ਕਰਨਾ ਹੀ ਪੈਣਾ, ਨਾਲੇ ਵੈਸੇ ਵੀ ਟ੍ਰੈਕਟਰ ਸੌਖਾ ਲੱਗਦਾ ਚਲਾਉਣ ਜੇ। ਅੱਛਾ ਜੀ, ਤੁਹਾਡਾ ਹੁਣ ਦੋਨੋਂ ਲੱਤਾਂ ਤੋਂ ਹੀ ਹੋਇਆ ਵਾ? ਨਹੀਂ, ਇੱਕ ਤੋਂ ਆ। ਇੱਕ ਤੋਂ ਉਸ ਤੋਂ ਆ? ਹਾਂ। ਅੱਛਾ ਜੀ, ਇੱਕ ਤੋਂ ਹੀ ਆ, ਬਾਕੀ ਇਹ ਵੀ ਟ੍ਰੈਕਟਰ ਚਲਾਉਣ 'ਚ ਸਹੀ ਆ। ਠੀਕ ਹੈ। ਹਾਂ, ਕੋਈ ਇੰਨੀ ਪਰੇਸ਼ਾਨੀ ਨਹੀਂ ਆਉਂਦੀ? ਪਰੇਸ਼ਾਨੀ ਨਹੀਂ ਆਉਂਦੀ। ਠੀਕ ਹੈ। ਔਰ ਰੇਸ ਫਿਰ ਹੱਥ ਵਾਲੀ ਹੋ ਜਾਂਦੀ ਹੋਊਗੀ ਨਾ? ਹਾਂ, ਰੇਸ ਹੱਥ ਵਾਲੀ ਆ, ਆਰਾਮ ਨਾਲ ਵਧੀਆ ਹੋ। ਠੀਕ ਹੈ। ਅਤੇ ਬਾਈ, ਜੋ ਬ੍ਰੇਕ ਬਰੂਕ ਦੀ ਜ਼ਰੂਰਤ ਪੈਂਦੀ ਹੈ ਫਿਰ ਉਹਨਾਂ ਕੰਮ? ਮੈਂ ਥੋੜ੍ਹਾ ਕੰਮ ਕਰ ਲੈਂਦੀ ਆ, ਥੋੜ੍ਹਾ ਬਹੁਤਾ ਕਰ ਲੈਂਦੀ ਆ, ਬਾਈ ਆਪਣਾ ਮਤਲਬ ਸਰੀਰ ਦਾ ਭਾਰ ਨਹੀਂ ਮਤਲਬ ਸਹਿ ਜਾਂਦਾ। ਠੀਕ ਆ ਬਾਈ। ਹਾਂ। ਅਤੇ 2003 ਤੋਂ ਲੈ ਕੇ ਉਦੋਂ ਤੋਂ ਚਲਾ ਰਹੇ ਹੋ, ਅਤੇ ਹੁਣ ਜਿਵੇਂ ਇਸ ਟਰੈਕਟਰ ਨੂੰ ਲੈ ਨੂੰ ਕਿੰਨਾ ਟਾਈਮ ਹੋ ਗਿਆ ਤੁਹਾਨੂੰ? ਇਹਨੂੰ ਆਏ ਨੂੰ ਕੋਈ ਹੋ ਗਏ 6 ਮਹੀਨੇ ਹੋਏ ਸਾਨੂੰ ਆਏ ਨੂੰ। 6 ਮਹੀਨੇ? 6 ਮਹੀਨੇ। ਅਤੇ 6 ਮਹੀਨੇ ਆ ਜੋ ਬਾਈ, ਹੁਣ ਕਿਵੇਂ ਰਿਹਾ ਐਕਸਪੀਰੀਅੰਸ ਇਹ ਟਰੈਕਟਰ ਬਾਰੇ ਜੇ ਗੱਲ ਕਰੀਏ ਆਪਾਂ? ਇਹਦੇ ਬਾਰੇ ਤਾਂ ਮਤਲਬ ਬਹੁਤ ਵਧੀਆ ਰਿਹਾ ਟਰੈਕਟਰ। ਹਾਂਜੀ। ਆਏ ਮਤਲਬ ਹਰ ਸੰਦ ਚਲਾਇਆ ਆ। ਹਾਂਜੀ, ਮਤਲਬ ਬਹੁਤ ਸੋਹਣਾ ਚੱਲਿਆ। ਠੀਕ ਹੈ। ਐਵਰੇਜ ਵੀ ਬਹੁਤ ਸੋਹਣੀ ਟਰੈਕਟਰ ਦੀ। ਹਾਂ, ਐਵਰੇਜ ਦੁੱਖੋਂ ਵੀ ਆ, ਤਾਂ ਹੋਰ ਕੰਮ ਮਤਲਬ ਹਰ ਕੰਮ 'ਚ ਕਿਤੇ ਮੱਝੀ ਲਾਉਣ, ਸਾਡੇ ਹੁਣ 12 ਮਹੀਨੇ ਕੰਮ ਚੱਲਦਾ ਤੁਹਾਨੂੰ ਭਰਾ ਮਗਰ ਟਰਾਲੀ ਮਿੱਟੀ ਦੀ। ਹਾਂਜੀ। ਅਤੇ ਕੰਮ ਚੱਲਦਾ ਰਹਿੰਦਾ ਵੀ, ਹਾਲੇ ਤੱਕ ਤਾਂ ਕੋਈ ਇੰਨੇ ਮਤਲਬ 1 ਰੁਪਈਏ ਦੀ ਕੋਈ ਏਮ ਨਹੀਂ ਆ ਕੇ ਕੁਛ ਕੀਤਾ ਹੋਵੇ। ਅਤੇ ਬਾਈ, ਜੇ ਵੀ ਆਪਾਂ ਐਵਰੇਜ ਦੀ ਗੱਲ ਕਰਕੇ, ਜਿਵੇਂ ਰੋਡ 'ਤੇ ਤੁਹਾਡਾ ਤਾਂ ਕੰਮ ਹੀ ਰੋਡ ਵਾਲਾ ਵਾ, ਰੋਡ 'ਤੇ ਕਿੰਨੇ ਕਿਲੋਮੀਟਰ ਦੀ ਐਵਰੇਜ ਹੋਊਗੀ ਇਹਦੀ ਅੰਦਾਜ਼ਾ? ਐਵਰੇਜ ਤਾਂ ਮੇਰੇ ਤਜਰਬੇ ਨਾਲ ਕੋਈ ਲੋਡ ਦੇ ਹਿਸਾਬ ਨਾਲ ਖਾਂਦਾ। ਹਾਂਜੀ। ਅਤੇ ਬਾਕੀ ਤਾਂ ਇਹ ਵੀ ਚਲੋ ਹੁਣ ਇੱਥੇ ਖਾਣ ਡੇ ਹੀ ਆਉਂਦੇ ਹਾਂ, ਕੋਈ 8-9 ਕਿਲੋਮੀਟਰ ਆਉਂਦੇ ਹਾਂ, ਕੋਈ ਇਹ 2-3 ਲੀਟਰ ਖਾਣ ਡਿਆ ਅਪ ਡਾਊਨ ਦਾ। ਅਪ ਡਾਊਨ ਦਾ? ਅਪ ਡਾਊਨ। ਅੱਛਾ ਜੀ, 2 ਲੀਟਰ ਦੇ ਅੰਦਰ, 2 ਜਾਂ 3 ਦੇ ਵਿੱਚ ਫਰਕ? 3 ਦੇ ਅੰਦਰ ਖਾਂਦਾ, ਕਈ ਮਤਲਬ ਵੀ 2 ਦੇ ਅੰਦਰ, ਅਤੇ ਕਈਆਂ 3 ਤੋਂ ਥੱਲੇ ਵੀ ਖਾ ਸਕਦਾ, ਥੋੜ੍ਹਾ ਬਹੁਤ 3 ਤੋਂ ਲਈ ਤੇ ਕੱਢਦੇ। ਰੇਟ ਤੁਹਾਨੂੰ ਪਤਾ 16 ਕਿਲੋਮੀਟਰ ਬਣ ਜਾਂਦਾ ਨਾ ਅਪ ਡਾਊਨ ਦਾ। ਹਾਂਜੀ ਹਾਂਜੀ। ਰੇਟ ਵੀ ਬੜਾ, ਅਤੇ ਫਿਰ ਉੱਥੇ ਵੀ ਜ਼ੋਰ ਵੱਧ ਘੱਟ ਕਈ ਨਾ ਬੰਦੇ ਲੱਗ ਲੁੱਗ ਜਾਣਾ। ਹਾਂ, ਵੈਸੇ ਜੇ ਆਪਾਂ ਆਮ ਟਰੈਕਟਰਾਂ ਦੇ ਮੁਕਾਬਲੇ ਗੱਲ ਕਰਕੇ ਐਵਰੇਜ ਚੰਗੀ ਹੈ ਜਾਂ ਕਿਵੇਂ ਆ? ਮੈਂ ਵੀ ਸਾਡੇ ਨਾਲ ਖੁਦ ਟ੍ਰੈਕਟਰ ਚੱਲਣ ਡੇ ਆ, ਉਹ ਘੱਟੋ ਘੱਟ ਵੀ 4 ਲੀਟਰ ਖਾਣ ਡੇ ਇਸੇ ਇੰਨੇ ਬਾਏ ਜੀ। ਅੱਛਾ। ਅਤੇ ਇਹ ਤਾਂ ਮਤਲਬ 3 ਲੀਟਰ ਤੋਂ ਕਈ ਨਾ ਘੱਟ ਡਾਉਣ ਜਾਂਦਾ। 3 ਤੋਂ ਵੀ ਘੱਟਦਾ ਵਾ? ਆਹੋ। ਠੀਕ ਹੈ। ਅਤੇ ਕਈ ਨਾ ਚਲੋ
ਤੁਹਾਨੂੰ ਪਤਾ ਲੋਡ ਸਿਰ 'ਤੇ ਥੋੜ੍ਹਾ ਬਹੁਤਾ ਵਾਧਾ ਕਰਦਾ ਬਠਿੰਡਾ। ਹਾਂਜੀ ਹਾਂਜੀ, ਅਤੇ ਬਾਕੀ ਹੋਰ ਕਿਹਾ ਇੰਪਲੀਮੈਂਟ 'ਤੇ ਕਿਹੜੇ 'ਤੇ ਚਲਾਇਆ ਬਈ ਇਹਨੂੰ? ਬਾਕੀ ਕਟਰ 'ਤੇ ਚੱਲਿਆ। ਹਾਂਜੀ ਕਟਰ 'ਤੇ ਚੱਲਿਆ, ਅਤੇ ਬਾਕੀ ਆਪਣੀ ਵਾਹੀ ਵੂਹੀ ਦਾ ਜੋ ਵੀ ਹੈਗਾ ਤਵੀਆਂ ਸੁਭਾਗਾ ਜੋ ਵੀ ਹੱਲਾਂ ਹੁਲਾਂ ਸਭ ਚੱਲਿਆ। ਅਤੇ ਉਹ ਸਾਰਾ ਫਿਰ ਆਪ ਤੁਸੀਂ ਆਪ ਹੀ ਕਰਦੇ ਹੋ? ਹਾਂ ਹਾਂ ਆਪ ਹੀ ਆਪ ਹੀ। ਠੀਕ ਆ, ਸਭ ਕੋਈ ਆਪ ਹੀ ਕਰੀਦਾ, ਜੋ ਵੀ ਕਿੰਨੇ ਕੰਮ ਹੈਗੇ ਆ ਆਪਣਾ ਚੱਲਦਾ ਵਾਹੀ 'ਤੇ ਵੀ ਜ਼ਿਆਦਾ। ਅੱਛਾ ਜੀ, ਮਤਲਬ ਬਾਹਰ ਦਾ ਵੀ ਥਾਂ ਪਾਉਂਦੇ ਹਾਂ, ਇਹ ਨਹੀਂ ਵੀ ਇਕੱਲਾ ਵੀ ਕਿਰਾਏ ਵਾਲਾ, ਆਪਣਾ ਵੀ ਕਿਰਾਏ ਵਾਲਾ ਥਾਂ ਵੀ ਅੜਕੋ ਘੱਟੋ ਘੱਟ ਵੀ ਅਤੇ ਕੋਈ 50-60 ਕਿੱਲਿਆਂ ਦੀ ਵਾਈ ਹੈ। ਅੱਛਾ ਜੀ, ਹਾਂ 50-60 ਕਿੱਲਿਆਂ ਦੀ ਵਾਈ ਆ, ਮਤਲਬ ਪੂਰਾ ਚੱਲਿਆ ਟਰੈਕਟਰ, ਬੜਾ ਸੋਹਣਾ ਚੱਲਿਆ। ਅਤੇ ਜੇ ਆਪਾਂ ਵਾਈ 'ਤੇ ਗੱਲ ਕਰੀਏ ਬਈ ਘੰਟੇ ਦੀ ਕੀ ਐਵਰੇਜ ਰਹੀ ਹੋਊਗੀ ਇਹਦੀ? ਘੰਟੇ ਕਟਰ 'ਤੇ ਖਾਂਦਾ ਰਿਹਾ ਕੋਈ 2 ਲੀਟਰ। ਅੱਛਾ ਜੀ, 2 ਲੀਟਰ ਖਾਧਾ ਇਹਨੇ। ਕਟਰ ਕਿਹੜਾ ਗੱਲ ਕਰਦੇ? ਕਟਰ ਉਹ ਕਿਹੜਾ ਪੁੱਠੇ ਵੱਢਦਾ ਪੈਲੀਆਂ ਜਾਂ ਆਪਾਂ ਕਦੋਂ ਆਪਾਂ ਪਰਾਲੀ ਨਹੀਂ ਉਹ ਸੋਕਾ ਜਾਂਦਾ ਜਿਹੜਾ ਫਿਰ ਨਾਲ। ਹਾਂਜੀ ਹਾਂਜੀ, ਠੀਕ ਆ। ਇੱਕ ਤਾਂ ਜਿਵੇਂ ਰੀਪਰ ਕਹਿ ਦਿੰਦੇ ਆਪਾਂ, ਰੀਪਰ ਉਹ ਤੇ ਰੀਪਰ ਦਾ ਅਲੱਗ ਹੈ, ਰੀਪਰ ਤਾਂ ਗਾਂਹ ਚਲਾ ਕੇ ਵੇਖਾਂਗੇ। ਅੱਛਾ ਜੀ, ਹਲੇ ਸੀਜ਼ਨ ਆਇਆ ਨਹੀਂ ਹੈ ਰੀਪਰ ਦਾ। ਹਾਂਜੀ ਲਿਆ ਸੀ ਕਦੋਂ ਝੋਨੇ ਝਾਨੇ ਬੀਜਲੇ ਉਦੋਂ ਲਿਆ ਸੀ ਅਸੀਂ। ਠੀਕ ਹੈ, ਅਤੇ ਹੁਣ ਗਾਂਹ ਚਲਾਵਾਂਗੇ ਤਾਂ ਫਿਰ ਪਤਾ ਲੱਗੂ ਆਪਾਂ ਨੂੰ। ਠੀਕ ਹੈ ਜੀ, ਬਾਕੀ ਇਹ ਵੀ ਚਲੋ ਬਾਕੀ ਵਾਈ ਵੂਈ 'ਤੇ ਵੀ ਚੱਲਿਆ। ਵਾਈ 'ਤੇ ਕੀ ਰਿਹਾ ਹੋਊਗਾ ਅੰਦਾਜ਼ਾ ਜਿਵੇਂ ਕਲਟੀਵੇਟਰਾਂ 'ਤੇ ਜਾਂ? ਕੋਈ 11 ਹੱਲਾਂ ਆ ਆਪਣੀਆਂ। ਹਾਂਜੀ 11 ਹੱਲਾਂ 'ਤੇ ਇਹੋ ਲੀਟਰ ਲੀਟਰ 1.5 ਲੀਟਰ ਇੱਥੇ ਹੀ ਐਵਰੇਜ ਲੀਟਰ ਕੀ ਦੀ ਲੀਟਰ ਦੀ ਐਵਰੇਜ ਹਾਂ ਕਿੱਲੇ ਦੀ ਕਿੱਲੇ ਦੀ। ਅੱਛਾ ਜੀ, ਬਹੁਤ ਜਾਇਜ਼ ਐਵਰੇਜ ਆ, ਬਹੁਤ ਤੇਲ ਤਾਂ ਬਹੁਤ ਜਾਇਜ਼ ਖਾਂਦਾ ਹੈ ਤੇਲ, ਕੋਈ ਐਵਰੇਜ ਮਤਲਬ ਬਹੁਤ ਸੋਹਣਾ ਰੇਟ ਰਿਹਾ। ਠੀਕ ਹੈ, ਵੈਸੇ ਵੀ ਚਲਾਉਣ 'ਚ ਵੀ ਬਹੁਤ ਸੋਹਣਾ ਲੱਗਦਾ ਆ। ਅੱਛਾ ਜੀ, ਚਲਾਉਣ 'ਚ ਕੋਈ ਦਿੱਕਤ ਨਹੀਂ ਹੈਗੀ ਇਹਨੂੰ ਵੀ। ਹੁਣ ਕਈ ਟਰੈਕਟਰ ਹੁਣ ਟਰਾਲੀ ਬੈਗ ਨਹੀਂ ਧੱਕਦੇ, ਆਰਾਮ ਨਾਲ ਲੈ ਜਾਂਦਾ ਬੈਗ ਧੱਕ ਕੇ। ਅੱਛਾ ਜੀ, ਕਿਉਂ ਇਹਦੀਆਂ ਓਨੀਆਂ ਸਪੀਡਾਂ ਗਾਂਹ ਹੋਣੀਆਂ ਜਾਣ ਸ਼ਾਨ ਨੂੰ। ਹਾਂ, ਅਤੇ ਤੁਸੀਂ ਬਾਈ ਜਦੋਂ ਲਿਆ ਸੀ ਫਿਰ ਕੀ ਸੋਚ ਕੇ ਲਿਆ? ਪਹਿਲਾਂ ਕੋਈ ਟਰੈਕਟਰ ਦੇਖਿਆ ਜਾਂ ਕਿਵੇਂ? ਟਰੈਕਟਰ ਵੀ ਸਾਡੇ ਨਾਲ ਇੱਕ ਚੱਲਦਾ ਸੀ, ਉਹ 8 ਤੋਂ ਪਹਿਲਾਂ ਆਇਆ ਹੈ। ਅੱਛਾ ਜੀ, ਉਹ ਟਰੈਕਟਰ ਚਲਾ ਕੇ ਵੇਖਿਆ ਸੀ ਤਾਂ ਸਾਨੂੰ ਟਰੈਕਟਰ ਸੋਹਣਾ ਲੱਗਾ ਚਲਾਉਣ 'ਚ, ਅਤੇ ਚੱਲ ਲੈ ਨੇ। ਠੀਕ ਹੈ, ਵੀ ਉਹ ਐਵਰੇਜ ਪੱਖੋਂ ਜਾਂ ਵੈਸੇ ਜ਼ੋਰ ਪੱਖੋਂ ਹੈ ਨਾ? ਹਲੇ ਉਹ ਹੈ ਵੀ ਇਹਨੂੰ ਥੋੜ੍ਹਾ ਵੱਡਾ ਸੀ। ਅੱਛਾ, ਅਤੇ ਉਹ ਚਲਾ ਕੇ ਵੇਖਿਆ, ਦਿਹਾੜੀ ਪੂਰਾ ਚਲਾ ਕੇ ਵੇਖਿਆ ਸੀ ਅਸੀਂ। ਅੱਛਾ ਜੀ, ਉਹ ਟਰੈਕਟਰ ਸੋਹਣਾ ਚੱਲਿਆ ਸੀ ਉੱਦਾਂ। ਠੀਕ ਹੈ, ਸਹੀ ਹੈ ਜੀ। ਅਤੇ ਫਿਰ ਇਹ 50-15 ਯਾਨੀ ਕਿ 50 HP ਦੇ ਵਿੱਚ ਆ ਜਾਂਦਾ ਹੈ ਨਾ ਬਈ? ਹਾਂ, ਇਹ 50 HP ਆ ਜਾਂਦਾ। ਠੀਕ ਹੈ, ਅਤੇ 50 HP ਦੇ ਵਿੱਚ ਤੁਹਾਨੂੰ ਕਿਵੇਂ ਲੱਗਦਾ ਵੀ ਇਹ ਜਿਹੜੇ ਆਮ ਹੋਰ ਕੰਪਨੀ ਦੇ 50 HP ਆ, ਜ਼ੋਰ ਕਿਵੇਂ ਲੱਗਦਾ ਤੁਹਾਨੂੰ? ਵਧੀਆ ਲੱਗਦਾ ਉਸ ਜ਼ੋਰ 'ਤੇ? ਹੈ ਬਹੁਤ ਵਧੀਆ ਆ, ਕਿੰਨੀ 50 HP ਹਿਸਾਬ ਨਾਲ ਇਹਦਾ ਜ਼ੋਰ ਆ, ਉਸ ਹਿਸਾਬ ਨਾਲ ਜ਼ੋਰ ਬਹੁਤ ਸੋਹਣਾ ਆ। ਅੱਛਾ ਜੀ, ਹਾਂਜੀ, ਠੀਕ ਹੈ, ਜ਼ੋਰ ਮਤਲਬ ਬਹੁਤ ਵਧੀਆ ਜ਼ੋਰ ਲਾਉਂਦਾ, ਕੋਈ ਦਬਨ ਦਬਾਉਣ ਵਾਲੀ ਗੱਲ ਹੀ ਨਹੀਂ ਹੈਗੀ। ਅੱਛਾ ਜੀ, ਹੁਣ ਸਾਡਾ ਹੁਣ ਵੀ ਇਹ ਹੁਣ 6 ਮਹੀਨੇ ਹੋ ਗਏ, 6 ਮਹੀਨੇ ਤਾਂ ਵੀ ਮਤਲਬ ਕਿਤੇ ਹੀ ਆ ਖਲੋਤਾ ਹੋਵੇ ਟਰੈਕਟਰ ਘਰ। ਹਾਂਜੀ, ਨਹੀਂ ਤਾਂ ਚੱਲਦਾ ਰਹਿੰਦਾ ਕਿਤੇ ਬਾਹਰ ਅੰਦਰ ਨਹੀਂ। ਸਾਡੇ ਕੋਲ 2 ਆ, ਇੱਕ ਮੇਰੇ ਭਤੀਜੇ ਕੋਲ ਆ। ਅੱਛਾ ਜੀ, ਸਾਡੇ ਭਤੀਜੇ ਨੇ ਵੀ ਨਾਲ ਹੀ ਕਢਾਇਆ ਸੀ। ਠੀਕ ਹੈ, ਉਹ 10 ਦਿਨ ਮਗਰੋਂ ਆਇਆ ਸੀ ਅਤੇ ਇਹ 10-15 ਦਿਨ ਪਹਿਲਾਂ ਆਇਆ। ਅੱਛਾ ਜੀ, ਉਹ ਐਪ ਥੋੜ੍ਹਾ ਮਤਲਬ ਦੂਰ ਚੱਲਣ ਡਿਆ ਆ। ਠੀਕ ਹੈ, ਉਹ ਵੀ ਐਡਾ ਹੀ ਆ। ਅੱਛਾ ਜੀ, ਅਤੇ ਉਹ ਵੀ ਟਰੈਕਟਰ ਬਹੁਤ ਸੋਹਣਾ ਚੱਲਣ ਡਿਆ, ਐਵਰੇਜ ਠੇਕੇਦਾਰਾਂ ਦੇ ਨਾਲ ਲੱਗਾ ਆ। ਹਾਂ ਹਾਂ ਹਾਂ, ਤਾਂ ਤੁਹਾਨੂੰ ਪਤਾ ਠੇਕੇਦਾਰ ਐਵਰੇਜ ਮੰਗਦੇ ਸਨ ਦੀ। ਹਾਂਜੀ ਹਾਂਜੀ, ਐਵਰੇਜ ਬਗੈਰ ਤੋਂ ਜੇ ਤੇਲ ਆਪਾਂ ਉਹਨਾਂ ਨਾਲ ਵੱਧ ਫੂਕਾਂਗੇ ਤਾਂ ਉਹਨਾਂ ਨੇ ਸਾਨੂੰ ਕੰਮ ਮਿਲ ਜਾਣਾ। ਬਿਲਕੁਲ ਜੀ, ਅਤੇ ਹੋਰ ਜਿਹਦੇ ਆਪਾਂ ਫੀਚਰਾਂ ਦੀ ਗੱਲ ਕਰੀਏ ਬਾਈ, ਤੁਹਾਨੂੰ ਜਿਵੇਂ ਤੁਹਾਨੂੰ ਤਾਂ ਪ੍ਰੋਬਲਮ ਜਿਵੇਂ ਹੈਗੀ ਆ, ਤੁਹਾਨੂੰ ਇਹਦਾ ਕੀ ਵਧੀਆ ਲੱਗਦਾ ਵੀ ਕਿਹੜੇ ਹਿਸਾਬ ਨਾਲ ਤੁਸੀਂ ਹੁਣ ਚਲਾ ਰਹੇ ਹੋ ਇਸ ਟਰੈਕਟਰ ਨੂੰ? ਹੈ ਨਾ, ਇੱਕ ਤਾਂ ਇਹਦੇ ਗੇਅਰਾਂ ਤੋਂ ਬਹੁਤ ਵਧੀਆ ਜਗਾੜ ਆ ਕਿਹੜਾ ਬੈਕ ਦਾ ਨਾ। ਹਾਂਜੀ, ਬੈਕ ਦੇ ਵੀ ਇੱਧਰੋਂ ਬੈਕ ਪਾ ਲਓ, ਇੱਧਰ ਕਿਹੜਾ ਮੰਜੀ ਆਪਾਂ ਨੂੰ ਹੁਣ ਟਰਾਲੀ ਮੰਨਿਆ ਮਗਰ ਧੱਕਣੀ ਆ। ਹਾਂਜੀ, ਹੁਣ ਬਾਕੀ ਟਰੈਕਟਰ ਕਿਹੜੇ ਜਾਂਦੇ ਵੀ ਉਹ ਇੱਕੋ ਸਪੀਡ 'ਤੇ ਜਾਣੇ ਬੈਕ। ਹਾਂਜੀ, ਹੁਣ ਮਤਲਬ ਇਹਦਾ ਕਿੰਨੀ ਸਪੀਡ ਆਪਾਂ ਨੂੰ ਮੈਂ ਬੈਕ ਚਾਹੀਦੀ ਟਰੈਕ ਧੱਕਣ ਵਾਸਤੇ ਆਪਾਂ ਨੂੰ ਉੰਨੀ ਮਿਲ ਜਾਂਦੀ।
ਠੀਕ ਹੈ। ਅਤੇ ਬਾਕੀ ਜਿਹੜਾ ਬਈ ਜਿਵੇਂ ਹੁਣ ਤੁਹਾਨੂੰ ਕਲੱਚ ਵਾਲਾ ਤਾਂ ਚਲੋ ਪੈਡਲ ਨੱਪਿਆ ਜਾਂਦਾ, ਬ੍ਰੇਕ ਵਾਲੇ ਪੈਡਲ ਨੱਪਣ 'ਚ ਕੋਈ ਜ਼ਿਆਦਾ ਔਖਿਆਈ ਤਾਂ ਨਹੀਂ ਆਉਂਦੀ? ਨਾ ਨਾ, ਬ੍ਰੇਕ ਤਾਂ ਬਹੁਤ ਪੋਲੀ ਜਾ ਰਹੀ ਜੀ। ਅੱਛਾ ਜੀ, ਕੋਈ ਦਿੱਕਤ ਵਾਲੀ ਗੱਲ ਨਹੀਂ ਹੋ ਰਹੀ। ਠੀਕ ਹੈ, ਬ੍ਰੇਕ ਤਾਂ ਬਹੁਤ ਵਧੀਆ ਲੱਗਦੀ ਜੀ। ਹਾਂ, ਜਿਵੇਂ ਤੁਹਾਡਾ ਸਾਰਾ ਦਿਨ ਕੰਮ ਰਹਿੰਦਾ ਵਾ ਟਰੈਕਟਰ 'ਤੇ, ਹੈ ਸਾਰਾ ਦਿਨ ਤਾਂ ਥਕਾਵਟ ਵੀ ਬਹੁਤ ਹੋ ਜਾਂਦੀ ਆ। ਉਹ ਤਾਂ ਤੁਹਾਨੂੰ ਪਤਾ ਹੀ ਫਿਰ। ਅਤੇ ਹਾਂਜੀ, ਅਤੇ ਬਾਕੀ ਬਾਈ ਨੇ ਟਰੈਕਟਰ ਸ਼ਿੰਗਾਰਿਆ ਸ਼ੰਗੂਰਿਆ ਪੂਰਾ ਬਾਈ ਨਾਲ ਦੀ ਲਿਆ ਨਾਲ ਹੀ ਸ਼ਿੰਗਾਰਤੇ ਜੋ ਲਿਆਉਂਦਾ ਕਿ ਬਾਅਦ 'ਚ ਹੌਲੀ ਹੌਲੀ ਸ਼ਿੰਗਾਰਿਆ? ਹੌਲੀ ਹੌਲੀ ਸ਼ਿੰਗਾਰਿਆ। ਹਾਂ ਠੀਕ ਹੈ, ਲਾਈਟਾਂ ਲੂਟਾਂ ਬਾਈ ਨੇ ਪੂਰੀਆਂ ਤਸੱਲੀ ਕਰਾਈ ਪਈ ਆ ਪੂਰੀ, ਇੱਧਰ ਵੀ ਚੱਲਦੀਆਂ ਹੈ। ਅਤੇ ਠੀਕ ਹੈ ਬਾਈ, ਬਾਕੀ ਹੁਣ ਟਰੈਕਟਰ ਬਾਰੇ ਲਾਸਟ ਦੇ ਵਿੱਚ ਇੱਕ ਵਾਰ ਇਹ ਜ਼ਰੂਰ ਦੱਸ ਦਿਓ ਵੀ ਹਾਂ ਬਾਈ ਵੀ ਜੇ ਟਰਾਲੀ ਵਾਲੇ ਬੰਦੇ ਨੇ ਜਿਹਨੇ ਕਿਰਾਏ 'ਤੇ ਵਾਹੁਣਾ ਵਾ ਉਹਦੇ ਲਈ ਕਿਵੇਂ ਆ? ਨਹੀਂ, ਟਰੈਕਟਰ ਟਰਾਲੀ ਵਾਸਤੇ ਵੀ ਹਰ ਕੰਮ ਲਈ ਵਧੀਆ ਹੈ। ਅੱਛਾ ਜੀ, ਹਰ ਕੰਮ ਲਈ ਵਧੀਆ ਹੈ, ਇੱਕ ਮਤਲਬ ਇੱਕ ਕੰਮ ਲਈ ਨਹੀਂ, ਹਰ ਕੰਮ ਲਈ ਵਧੀਆ ਹੈ। ਮਤਲਬ ਟਰਾਲੀ ਦੇ ਹੱਕ 'ਚ ਵੀ ਬਹੁਤ ਕਾਮਯਾਬ ਆ। ਠੀਕ ਹੈ, ਬਹੁਤ ਜ਼ਿਆਦਾ ਬੈਕ ਟਰਾਲੀ ਵੀ ਧੱਕਦਾ ਆ, ਕੋਈ ਇਹ ਨਹੀਂ ਹੈਗੀ ਵੀ ਹਾਂਜੀ ਬੈਕ ਨਹੀਂ ਚੜ੍ਹਦੀ, ਬਹੁਤ ਸੋਹਣਾ ਚੱਲਦਾ। ਠੀਕ ਹੈ ਬਾਈ, ਠੀਕ ਹੈ, ਠੀਕ ਹੈ ਬਾਈ, ਧੰਨਵਾਦ ਜੀ, ਧੰਨਵਾਦ ਦੋਸਤੋ ਵੀਡੀਓ ਦੇਖਣ ਲਈ।